أعوذ بالله من الشيطان الرجيم. بسم الله الرحمن الرحيم. ਸੋਹਣੇ ਖਿਲਾਰਨ ਵਾਲੀਆਂ ਦੀ ਉਡਾ ਕੇ, ਚੁੱਕਣ ਵਾਲੀਆਂ ਦੀ ਪਾਣੀ ਦੇ ਭਾਰ ਨੂੰ, ਫਿਰ ਚੱਲਣ ਵਾਲੀਆਂ ਦੀ ਨਰਮੀ ਨਾਲ, ਫਿਰ ਵੰਡਣ ਵਾਲੀਆਂ ਦੀ ਹੁਕਮ ਨਾਲ. ਜੋ ਵਾਅਦਾ ਮਿਲਦਾ ਜੇ ਜ਼ਰੂਰ ਸੱਚਾ ਏ, ਤੇ ਕੀਤੇ ਦਾ ਬਦਲਾ ਪਾਉਣਾ ਜ਼ਰੂਰ ਹੀ ਹੋਣ ਹਾਰ ਏ. ਸੋਹਣੇ ਆਸਮਾਨ ਜਾਲੀਦਾਰ ਦੀ, ਤੁਸੀਂ ਜ਼ਰੂਰ ਪਏ ਹੋ ਉਲਟੀ ਪੁਲਟੀ ਗੱਲ ਵਿੱਚ. ਫੇਰਿਆ ਜਾਂਦਾ ਉਸ ਤੋਂ, ਯਾਨੀ ਮਰ ਕੇ ਜੀਵਨ ਤੋਂ, ਜਿਹੜਾ ਰੱਦ ਹੋਇਆ. ਮਾਰੇ ਗਏ ਅਟਕਲਾਂ ਦੌੜਾਉਣ ਵਾਲੇ, ਉਹ ਜਿਹੜੇ ਨਾਦਾਨੀ ਵਿੱਚ ਡੁੱਬੇ ਹੋਏ ਬੇਸੁਰਤ ਨੇ. ਪੁੱਛਦੇ ਨੇ ਕਦੋਂ ਇਹ ਦਿਨ ਕੀਤਾ ਪਾਣੇ ਦਾ? ਉਹ ਉਦੋਂ ਏ ਜਿਸ ਦਿਨ ਇਹ ਲੋਕ ਅੱਗ ਵਿੱਚ ਅਜ਼ਾਬ ਭੁਗਤਣਗੇ. ਚੱਖੋ ਮਜ਼ਾ ਆਪਣੀ ਸ਼ਰਾਰਤ ਦਾ, ਇਹ ਉਹ ਚੀਜ਼ ਏ ਜਿਸ ਨੂੰ ਤੁਸੀਂ ਸ਼ਿਤਾਬੀ ਮੰਗਦੇ ਹੁੰਦੇ ਸਾਓ. ਬਚ ਕੇ ਤੁਰਨ ਵਾਲੇ ਨੇ ਜ਼ਰੂਰ ਬਾਗਾਂ ਅਤੇ ਚਸ਼ਮਿਆਂ ਵਿੱਚ ਲੈਂਦੇ ਨੇ ਜੋ ਦਿੱਤਾ ਉਹਨਾਂ ਨੂੰ ਉਹਨਾਂ ਦੇ ਰੱਬ ਨੇ. ਜ਼ਰੂਰ ਉਹ ਸਨ ਇਸ ਦਿਨ ਤੋਂ ਪਹਿਲੇ ਨੇਕੀ ਕਰਨ ਵਾਲੇ. ਉਹ ਸਨ ਥੋੜ੍ਹੀ ਰਾਤ ਸੌਂਦੇ, ਸਰਗੀ ਵੇਲਿਆਂ ਵਿੱਚ ਉਹ ਬਖਸ਼ਿਸ਼ ਮੰਗਦੇ ਸਨ. ਉਹਨਾਂ ਦੇ ਮਾਲਾਂ ਵਿੱਚ ਹਿੱਸਾ ਸੀ ਮੰਗਤੇ ਦਾ, ਤਿਹਾਰੇ ਹੋਏ ਦਾ. ਜ਼ਮੀਨ ਵਿੱਚ ਨਿਸ਼ਾਨੀਆਂ ਨੇ ਯਕੀਨ ਕਰਨ ਵਾਲਿਆਂ ਲਈ, ਅਤੇ ਖੁਦ ਤੁਹਾਡੇ ਆਪਣੇ ਅੰਦਰ ਵੀ. ਭਲਾ ਫਿਰ ਦੇਖਦੇ ਨਹੀਂ ਹੋ? ਅਤੇ ਆਸਮਾਨ ਵਿੱਚ ਰੋਜ਼ੀ ਤੁਹਾਡੀ, ਅਤੇ ਉਹ ਵੀ ਜਿਸਦਾ ਵਾਅਦਾ ਮਿਲਦਾ ਜੇ. ਸੋ ਕਸਮ ਹੈ ਆਸਮਾਨ ਅਤੇ ਜ਼ਮੀਨ ਦੇ ਰੱਬ ਦੀ, ਇਹ ਗੱਲ ਜ਼ਰੂਰ ਬਰ ਜ਼ਰੂਰ ਸੱਚੀ ਏ ਤੁਹਾਡੇ ਬੋਲਣੇ ਜਿਹੀ. ਯਾਨੀ ਜਿਉਂ ਤੁਹਾਨੂੰ ਆਪਣੇ ਮੂੰਹੋਂ ਬੋਲਣ ਵਿੱਚ ਸ਼ੁਭਾ ਨਹੀਂ, ਐਵੇਂ ਹੀ ਇਸ ਕਲਾਮ ਵਿੱਚ ਵੀ ਸ਼ੁਭਾ ਨਹੀਂ. ਹਬੀਬ ਭਲਾ ਪਹੁੰਚੀਏ ਤੈਨੂੰ ਗੱਲ ਇਬਰਾਹੀਮ ਦੇ ਮਹਿਮਾਨਾਂ ਇੱਜ਼ਤ ਵਾਲਿਆਂ ਦੀ? ਜਦ ਅੰਦਰ ਆ ਵੜੇ ਉਸ ਕੋਲ, ਫਿਰ ਆਖਿਓ ਨੇ ਸਲਾਮ ਆਖਨੇ ਆ. ਆਖਿਆ ਵਾਲੇਕੁਮ ਸਲਾਮ ਏ, ਅਤੇ ਸੋਚਿਆ ਕੋਈ ਲੋਕ ਨੇ ਓਪਰੇ. ਚੁੱਪ ਚੁਪੀਤੇ ਗਿਆ ਆਪਣੇ ਘਰ ਵੱਲ, ਅਤੇ ਲੈ ਆਇਆ ਵੱਛਾ ਭੁੰਨਿਆ ਹੋਇਆ. ਫਿਰ ਉਹ ਅੱਗੇ ਰੱਖਿਓ ਸੂ ਉਹਨਾਂ ਦੇ, ਅਤੇ ਆਖਿਓ ਸੂ ਤੁਸੀਂ ਕਿਉਂ ਨਹੀਂ ਖਾਂਦੇ ਹੋ? ਫਿਰ ਦਿਲ ਵਿੱਚ ਪੈ ਗਏ ਸੂ ਉਹਨਾਂ ਤੋਂ ਡਰ. ਆਖਿਓ ਨੇ ਨਾ ਡਰ, ਅਤੇ ਖੁਸ਼ਖਬਰੀ ਦਿੱਤੀ ਉਹਨੇ ਉਹਨੂੰ ਪੈਦਾ ਹੋਣੇ ਸਿਆਣੇ ਮੁੰਡੇ ਦੀ. ਫਿਰ ਸਾਹਮਣੇ ਆਈ ਔਰਤ ਉਹਦੀ ਚੀਕ ਦੀ, ਹੱਥ ਮਾਰਿਓ ਸੂ ਆਪਣੇ ਮੱਥੇ ਨੂੰ ਅਚਰਜ ਜਾਣ ਕੇ, ਅਤੇ ਆਖਣ ਲੱਗੀ ਮੈਂ ਤੇ ਬੁੱਢੀ ਹਾਂ ਸੰਡ. ਆਖਿਓ ਨੇ ਇਸੇ ਹੀ ਤਰ੍ਹਾਂ ਆਖਿਆ ਤੇਰੇ ਰੱਬ ਨੇ, ਜ਼ਰੂਰ ਉਹ ਹੀ ਹਿਕਮਤਾਂ ਵਾਲਾ ਸਭ ਜਾਣਦਾ. ਆਖਿਓ ਸੂ ਫਿਰ ਕੀ ਕੰਮ ਹੈ ਤੁਹਾਡਾ ਇੱਥੇ ਭੇਜੇ ਹੋਏ ਹੋ? ਆਖਿਓ ਨੇ ਸਾਨੂੰ ਭੇਜਿਆ ਗਿਆ ਹੈ ਮੁਜਰਮ ਪਾਪੀਆਂ ਲੋਕਾਂ ਵੱਲ, ਵਸਾਈਏ ਅਸੀਂ ਉਹਨਾਂ ਉੱਤੇ ਪੱਥਰ ਪੱਕੀ ਹੋਈ ਮਿੱਟੀ ਦੇ, ਨਿਸ਼ਾਨ ਲਗਾਏ ਹੋਏ ਨੇ ਤੇਰੇ ਰੱਬ ਕੋਲ ਹੱਦੋਂ ਟੱਪਣ ਵਾਲਿਆਂ ਲਈ. ਫਿਰ ਬਾਹਰ ਕੱਢ ਲਿਆ ਸਾਂ ਜਿਹੜਾ ਉੱਥੇ ਸੀ ਈਮਾਨ ਵਾਲਾ, ਫਿਰ ਨਾ ਡਿੱਠਾ ਅਸਾਂ ਉੱਥੇ ਸਵਾ ਇੱਕ ਘਰ ਫਰਮਾ ਬਰਦਾਰਾਂ ਦੇ. ਰੱਖੀ ਅਸਾਂ ਉਸ ਵਿੱਚ ਨਿਸ਼ਾਨੀ ਉਹਨਾਂ ਲੋਕਾਂ ਲਈ ਜਿਹੜੇ ਡਰਦੇ ਨੇ ਦੁੱਖ ਦੀ ਮਾਰੋਂ, ਅਤੇ ਤੁਹਾਡੇ ਲਈ ਨਿਸ਼ਾਨੀ ਹੈ ਮੂਸਾ ਦੇ ਹਾਲ ਵਿੱਚ. ਜਦ ਭੇਜਿਆ ਅਸਾਂ ਉਹਨੂੰ ਫਿਰਾਉਣ ਵੱਲ, ਸਾਫ਼ ਸਾਫ਼ ਦਲੀਲ ਦੇ ਕੇ, ਫਿਰ ਮੂੰਹ ਫੇਰਿਓ ਸੂ ਆਪਣੇ ਜ਼ੋਰ ਦੇ ਕਮਾਂਡ ਨਾਲ, ਅਤੇ ਆਖਿਓ ਸੂ ਜਾਦੂਗਾਰੇ ਜਾਂ ਸ਼ਦਾਈ. ਫਿਰ ਪਕੜਿਆ ਅਸਾਂ ਉਹਨੂੰ ਅਤੇ ਉਹਦੀਆਂ ਫੌਜਾਂ ਨੂੰ, ਫਿਰ ਸੁੱਟ ਦਿੱਤਾ ਅਸਾਂ ਉਹਨਾਂ ਨੂੰ ਦਰਿਆ ਵਿੱਚ, ਅਤੇ ਉਹ ਸੀ ਮਲਾਮਤ ਵਾਲੇ ਕੰਮ ਕਰਨ ਵਾਲਾ. ਨਿਸ਼ਾਨੀ ਏ ਆਦ ਵਿੱਚ ਜਦ ਭੇਜੀ ਅਸਾਂ ਉਹਨਾਂ ਉੱਤੇ ਹਵਾ ਚੰਦਰੀ, ਨਹੀਂ ਛੱਡਦੀ ਕਿਸੇ ਚੀਜ਼ ਨੂੰ ਜਿਸ ਉੱਤੇ ਗੁਜ਼ਰੇ, ਪਰ ਕਰ ਦਿੰਦੀ ਏ ਉਸ ਨੂੰ ਚੂਰੇ ਵਾਂਗੂ. ਅਤੇ ਨਿਸ਼ਾਨੀ ਏ ਸਮੂਦ ਵਿੱਚ ਜਦ ਕਿਹਾ ਗਿਆ ਉਹਨਾਂ ਨੂੰ ਖਾ ਢਾ ਲਓ ਇੱਕ ਵਕਤ ਤੱਕ, ਫਿਰ ਗੁਰੂਰ ਕੀਤੋ ਨੇ ਆਪਣੇ ਰੱਬ ਦੇ ਹੁਕਮ ਤੋਂ, ਫਿਰ ਪਕੜਿਆ ਉਹਨਾਂ ਨੂੰ ਕੜਾਕੇ ਨੇ, ਅਤੇ ਉਹ ਵੇਖਦੇ ਸਨ. ਫਿਰ ਨਾ ਵਾਹ ਲੱਗ ਸਕੀ ਉਹਨੇ ਉੱਠਣ ਦੀ, ਅਤੇ ਨਾ ਹੋਏ ਆਪਣਾ ਬਚਾਅ ਕਰ ਲੈਣ ਜੋਗੇ. ਫਨਾ ਕੀਤਾ ਨੂਹ ਦੀ ਕੌਮ ਨੂੰ ਇਦੋਂ ਪਹਿਲੇ, ਉਹ ਜ਼ਰੂਰ ਸਨ ਬੇਫਰਮਾਨ ਲੋਕ. ਅਤੇ ਆਸਮਾਨ ਬਣਾਇਆ ਅਸਾਂ ਆਪਣੇ ਜ਼ੋਰ ਨਾਲ, ਅਤੇ ਅਸੀਂ ਜ਼ਰੂਰ ਮਕਦੂਰ ਵਾਲੇ ਹਾਂ. ਜ਼ਮੀਨ ਵਿਛਾਈ ਅਸਾਂ, ਸੋ ਵਾਹ ਵਾਹ ਵਿਛਾਉਣ ਵਾਲੇ ਹਾਂ ਅਸੀਂ. ਅਤੇ ਹਰ ਚੀਜ਼ ਦੇ ਬਣਾਏ ਨੇ ਅਸਾਂ ਜੋੜੇ, ਸ਼ਾਇਦ ਤੁਸੀਂ ਮਤ ਲਓ ਇਸੇ ਤਰ੍ਹਾਂ ਦੁਨੀਆਂ ਦਾ ਜੋੜਾ ਆਖਰਤ ਏ. ਨੱਸੋ ਅੱਲਾ ਵੱਲ, ਜ਼ਰੂਰ ਮੈਂ ਤੁਹਾਨੂੰ ਉਸ ਦੀ ਤਰਫੋਂ ਡਰਾਉਣ ਵਾਲਾ ਖੁੱਲ੍ਹਾ ਖੁੱਲ੍ਹਾ. ਨਾ ਠਹਿਰਾਓ ਅੱਲਾ ਨਾਲ ਕੋਈ ਹੋਰ ਮਾਬੂਦ, ਜ਼ਰੂਰ ਮੈਂ ਤੁਹਾਨੂੰ ਉਸ ਦੀ ਤਰਫੋਂ ਡਰਾਉਣ ਵਾਲਾ ਖੁੱਲ੍ਹਾ ਖੁੱਲ੍ਹਾ. ਇਸੇ ਤਰ੍ਹਾਂ ਨਾ ਆਇਓ ਹੀ ਉਹਨਾਂ ਕੋਲ ਜਿਹੜੇ ਪਹਿਲੇ ਸਨ ਇਹਨਾਂ ਦੇ ਕੋਈ ਪੈਗੰਬਰ, ਪਰ ਆਖਿਓ ਨੇ ਜਾਦੂਗਾਰੇ ਜਾਂ ਸਦਾਈ. ਅੱਲਾ ਨਾ ਮੰਨਣਾ ਆਖ ਮੋਏ ਨੇ ਇੱਕ ਦੂਜੇ ਨੂੰ, ਸਗੋਂ ਇਹ ਲੋਕ ਨੇ ਹੱਦੋਂ ਟੱਪਣੇ. ਹਬੀਬ ਹਟ ਆਓ ਇਹਨਾਂ ਵੱਲੋਂ, ਹੁਣ ਤੇਰੇ ਸਿਰ ਨਹੀਂ ਕੁਝ ਉਲਾਮਾ. ਮਤ ਦਿੰਦਾ ਰਹਿ, ਕਿਉਂਕਿ ਮਤ ਦੇਣਾ ਜ਼ਰੂਰ ਨਫ਼ਾ ਦਿੰਦਾ ਈਮਾਨ ਵਾਲਿਆਂ ਨੂੰ. ਨਹੀਂ ਪੈਦਾ ਕੀਤੇ ਮੈਂ ਜਿੰਨ ਤੇ ਆਦਮੀ, ਪਰ ਇਸ ਵਾਸਤੇ ਜੋ ਮੈਨੂੰ ਪੂਜਣ. ਮੈਂ ਨਹੀਂ ਚਾਹੁੰਦਾ ਉਹਨਾਂ ਤੋਂ ਕੁਝ ਰੋਜ਼ੀਨਾ, ਤੇ ਨਾ ਮੈਂ ਚਾਹੁੰਦਾ ਜੋ ਮੈਨੂੰ ਖਵਾਲਣ.
है जरूर ओहो ही रोजी दा दाता कुव्वत वाला बड़ा मजबूत। सो इना जालमा दा भी अजाब दा हिस्सा है इना दे यारां दे हिस्से जिया। हुन शिताबी ना मंगो मैथों। बुरा हाल है बेईमाना दा उना दे उस दिनों जिस दा वादा मिलदा ने।